ਅਸੀਂ ਇਸ ਸਮੇਂ ਪੰਜਾਬ ਸੈਕਟਰੀਏਟ ਖੜੇ ਆ ਹੁਣੇ ਕੁਛ ਹੀ ਦੇਰ ਚ ਇੱਥੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਭਗਵੰਤ ਸਿੰਘ ਮਾਨ ਜਿਹੜੇ ਆ ਇੱਥੇ ਪਹੁੰਚਣ ਵਾਲੇ ਆ ਤੇ ਮੈਂ ਤੁਹਾਨੂੰ ਇੱਥੇ ਦੀਆਂ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖ ਰਹੇ ਹੋ ਸਾਹਮਣੇ ਜਿਹੜੀ ਸੈਕਟਰੀਏਟ ਦੀ ਗੈਲਰੀ ਆ ਉੱਥੇ ਜਿਹੜੇ ਆ EMPLOYEES ਜਿਹੜੇ ਪੰਜਾਬ ਸਰਕਾਰ ਦੇ EMPLOYEES ਆ ਉਹ ਇਹ ਫੰਕਸ਼ਨ ਦੇਖਣਾ ਚਾਹੁੰਦੇ ਆ ਇੱਥੇ ਗਾਰਡ ਆਫ ਆਨਰ ਦਿੱਤਾ ਜਾਏਗਾ ਜਿਸ ਤੋਂ ਬਾਅਦ ਭਗਵੰਤ ਮਾਨ ਆਪਣਾ ਜਿਹੜੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਉਹ ਆਪਣਾ ਕਾਰਜਕਾਲ ਇੱਥੇ ਸੰਭਾਲਣਗੇ ਤੇ ਜਿਹੜੇ ਪੰਜਾਬ ਦੇ ਸੀਨੀਅਰ ਆਈਐਸ ਅਧਿਕਾਰੀ ਆ ਉਹ ਅੱਜ ਸਾਰੇ ਨਵੇਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ ਤੇ ਉਸ ਤੋਂ ਬਾਅਦ ਭਗਵੰਤ ਮਾਨ ਜੀ ਸ਼ਾਮੀ 6 ਵਜੇ ਦੇ ਕਰੀਬ ਪੰਜਾਬ ਦੇ ਜਿਹੜੇ ਗਵਰਨਰ ਨੇ ਰਾਜਪਾਲ ਨੇ ਉਹਨਾਂ ਨੂੰ ਮੁਲਾਕਾਤ ਕਰਨਗੇ ਉਹਨਾਂ ਨਾਲ ਇਹ ਜਿਹੜੀ ਮੁਲਾਕਾਤ ਹੈ ਇਹ ਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਪਹਿਲੀ ਮੁਲਾਕਾਤ ਹੈ ਔਰ ਅੱਜ ਜਿਹੜੇ ਸੀਨੀਅਰ ਅਫਸਰਾਂ ਉਹਨਾਂ ਨਾਲ ਵੀ ਆਏ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੀ ਆ ਇਹ ਪਹਿਲੀ ਮੁਲਾਕਾਤ ਹੋਏਗੀ ਜਿਸ ਵਿੱਚ ਹਰ ਇੱਕ ਜਿਹੜਾ ਅਫਸਰ ਹੈਗਾ ਉਹ ਆਪਣੇ ਡਿਪਾਰਟਮੈਂਟ ਦੀ ਰੂਪਰੇਖਾ ਸੀਐਮ ਦੇ ਅੱਗੇ ਰੱਖੇਗਾ ਜਿਹੜੀ ਇਹ ਮੁਗਲਾ ਮੁਲਾਕਾਤ ਹੈ ਸਾਰੀ ਸਿਸਟਾ ਸਿਸਾ ਚਾਰ ਦੇ ਨਿਰਤੇ ਹੈ ਔਰ ਉਸ ਤੋਂ ਬਾਅਦ ਕੱਲ ਜਿਹੜਾ ਵਿਧਾਨ ਸਭਾ ਜਿਹੜੀ ਹੈ ਵਿਧਾਨ ਸਭਾ 70 ਹੈਗਾ 70 ਦੇ ਦੌਰਾਨ ਜਿਹੜੇ ਪੰਜਾਬ ਦੇ ਵਿਧਾਇਕ ਹੈ ਗਿਆ ਉਹਨਾਂ ਨੂੰ ਸੋਹ ਚੁਕਾਈ ਜਾਏਗੀ ਐ ਜੇ ਵਿਧਾਇਕ ਦੇ ਤੌਰ ਤੇ ਤੇ ਇਹ ਸਭਾਵਨਾ ਇਹ ਜਤਾਈ ਜਾ ਰਹੀ ਹੈ ਜਿਹੜੀ ਅੱਜ ਦੀ ਮੁਲਾਕਾਤ ਹੈ ਗਵਰਨਰ ਨਾਲ ਉਸ ਵਿੱਚ ਜਿਹੜੇ ਮੁੱਖ ਮੰਤਰੀ ਮੁੱਖ ਮੰਤਰੀ ਦੇ ਨਾਲ ਜਿਹੜੀ ਕੈਬਨਿਟ ਬਣਦੀ ਆ ਉਸ ਚ ਕਿਹੜੇ ਕਿਹੜੇ ਮੰਤਰੀ ਸ਼ਾਮਿਲ ਹੋਣਗੇ ਉਹਨਾਂ ਦੀ ਲਿਸਟ ਜਿਹੜੀ ਆ ਉਪਚਾਰਿਕ ਤੌਰ ਤੇ ਮਤਲਬ ਕਿ ਗਵਰਨਰ ਨੂੰ ਦਿੱਤੀ ਜਾਏਗੀ ਇਹ ਸਭਾਵਨਾ ਜਤਾਈ ਜਾ ਰਹੀ ਆ ਤੇ ਹੋ ਸਕਦਾ ਉਸ ਚ 10 ਤੋਂ ਵੱਧ ਜਾਂ 10 ਦੇ ਕਰੀਬ ਚਿਹਰੇ ਉਸ ਚ ਲਿੱਤੇ ਜਾਣ ਕਿਉਂਕਿ ਅੱਜ ਜਿਹੜਾ ਮੁੱਖ ਮੰਤਰੀ ਦਾ ਸੋਹ ਚੁੱਕ ਚੁੱਕ ਕਾਰਜਕ੍ਰਮ ਸੀਗਾ ਉਸ ਵਿੱਚ ਕਿਸੇ ਵੀ ਮੰਤਰੀ ਨੂੰ ਸੋਹ ਨਹੀਂ ਚੁਕਾਈ ਗਈ ਉੱਥੇ ਸਿਰਫ ਭਗਵੰਤ ਮਾਨ ਜੀ ਨੇ ਹੀ ਮੁੱਖ ਮੰਤਰੀ ਦੀ ਸੋਹ ਚੁੱਕੀ ਆ ਔਰ ਉੱਥੋਂ ਖਟਕਣ ਕਰਾ ਤੋਂ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਥੇ ਆ ਰਹੇ ਨੇ ਪੰਜਾਬ ਸੈਕਟਰੀਏਟ ਚੰਡੀਗੜ੍ਹ ਵਿੱਚ ਤੇ ਇੱਥੇ ਗਾਰਡ ਆਫ ਆਨਰ ਦਿੱਤਾ ਜਾਏਗਾ ਗਾਰਡ ਆਫ ਆਨਰ ਤੋਂ ਬਾਅਦ ਉਹ ਆਪਣੇ ਆਫਿਸ ਵਿੱਚ ਜਾਣਗੇ ਉਹ ਜਿਹੜਾ ਆਫਿਸ ਹੈਗਾ ਉਹ ਫਰਸਟ ਫਲੋਰ ਤੇ ਆ ਜਿੱਥੇ ਉਹ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਔਰ ਤੁਸੀਂ ਦੇਖੋ ਕਿੰਨੀ ਬੇਸਬਰੀ ਨਾਲ ਪੰਜਾਬ ਦੇ ਜਿਹੜੇ ਕਰਮਚਾਰੀ ਆ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਸਾਰੇ ਆਪਣੇ ਕੰਮ ਕਾਜ ਛੱਡ ਕੇ ਇਸ ਸਮੇਂ ਗੈਲਰੀ 'ਚ ਖੜੇ ਨੇ ਸਾਰੇ ਬੇਸਬਰੀ ਨਾਲ ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਇੰਤਜ਼ਾਰ ਕਰ ਰਹੇ ਨੇ ਔਰ ਉਹਨਾਂ ਨੂੰ ਬੜੀ ਉਮੀਦ ਹੈਗੀ ਆ ਕਿ ਨਵੇਂ ਮੁੱਖ ਮੰਤਰੀ ਪੰਜਾਬ ਦਾ ਭਲਾ ਕਰਨਗੇ ਔਰ ਇਸੇ ਕਰਕੇ ਤੁਸੀਂ ਮੰਨ ਸਕਦੇ ਹੋ ਕਿ 92 ਸੀਟਾਂ ਪੰਜਾਬ ਚ ਪਹਿਲੀ ਵਾਰ ਕੋਈ ਇਹਹੀ ਪਾਰਟੀ ਸੱਤਾ ਵਿੱਚ ਆਈ ਹੈ ਜਿਹਨੂੰ ਕਿ 92 ਸੀਟਾਂ ਮਿਲੀਆਂ ਹੋਣ ਵੀ ਪੰਜਾਬ ਦੇ ਇਤਿਹਾਸ ਦਾ ਇਹ ਨਵਾਂ ਪੰਨਾ ਜਿਹੜਾ ਰਚਿਆ ਗਿਆ ਔਰ ਇਸੇ ਕਰਕੇ ਪੰਜਾਬ ਦੇ ਜਿਹੜੇ ਕਰਮਚਾਰੀ ਆ ਬੜੀ ਬੇਸਬਰੀ ਨਾਲ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਔਰ ਬਹੁਤ ਜਲਦੀ ਭਗਵੰਤ ਮਾਨ ਇੱਥੇ ਪਹੁੰਚਣ ਵਾਲੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਇੱਥੇ ਗਾਰਡ ਆਫ ਆਨਰ ਦਿੱਤਾ ਜਾਏਗਾ ਮੈਂ ਦਿਨੇਸ਼ ਕੋਲ ਕੈਮਰਾਮੈਨ ਹਮ ਜਾਬ ਦੇ ਨਾਲ ਦੈਨਿਕ ਸਵੇਰਾ ਟੀਵੀ ਦੀ ਚੰਡੀਗੜ੍ਹ ਤੋਂ 올 ਬੰਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਨਾ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬੰਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 8437494647 84